ਆਓ ਸੁਣੀਏ ਆਤਮਜੀਤ ਦਾ ਲਿਖਿਆ ਲੈਲਾ ਮਜਨੂ ਦੇ ਕਿੱਸੇ ਦਾ ਬਿਰਤਾਂਤ ਲੈਲਾ ਮਜਨੂ ਉਸੇ ਤਰ੍ਹਾਂ ਦਾ ਕਿੱਸਾ ਹੈ ਜਿਵੇਂ ਹੀਰ ਰਾਂਝਾ ਸੋਹਣੀ ਮਈਵਾਲ ਆਦਿਕ ਪ੍ਰੇਮੀਆਂ ਦੀਆਂ ਲੋਕ ਕਥਾਵਾਂ ਹਨ ਫਰਕ ਇਹਨਾ ਹੈ ਕਿ ਲੈਲਾ ਮਜਨੂ ਪੰਜਾਬੀ ਸੱਭਿਆਚਾਰ ਦੀ ਕਹਾਣੀ ਨਹੀਂ ਇਸ ਦਾ ਮੂਲ ਅਰਬ ਦੇਸ਼ ਵਿੱਚ ਹੈ ਉਥੇ ਇਹ ਕਹਾਣੀ 5ਵੀਂ ਸਦੀ ਈਸਵੀ ਵਿੱਚ ਵੀ ਪ੍ਰਚਲਿਤ ਸੀ ਇਹ ਇਸ ਕਹਾਣੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਸ ਦੇ ਰੂਖ ਦਾ ਫੈਲਾ ਬਹੁਤ ਜ਼ਿਆਦਾ ਹੈ। ਭਾਵ ਇਹ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਫੈਲੀ ਹੋਈ ਹੈ। ਕਹਿੰਦੇ ਹਨ ਇਹ ਕਹਾਣੀ ਅਰਬੀ ਤੋਂ ਫਾਰਸੀ ਅਤੇ ਫਿਰ ਤੁਰਕੀ ਜ਼ਬਾਨ ਤੋਂ ਹਿੰਦੀ ਹੋਈ ਭਾਰਤੀ ਬੋਲੀਆਂ ਵਿੱਚ ਪਹੁੰਚੀ ਸੀ। ਇਸੇ ਲਈ ਇਸ ਕਥਾ ਦਾ ਇੱਕ ਹਿੱਸਾ ਰਾਜਸਥਾਨ ਵਿੱਚ ਵੀ ਵਾਪਰਿਆ ਦੱਸਿਆ ਜਾਂਦਾ ਹੈ। ਪਰ ਸਭ ਤੋਂ ਜ਼ਿਆਦਾ ਪ੍ਰਸਿੱਧ ਹੋਣ ਵਾਲਾ ਬਿਰਤਾਂਤ ਫਾਰਸੀ ਕਵੀ ਨਿਜ਼ਾਮੀ ਗੰਜਵੀ ਦਾ ਹੈ ਪ੍ਰਸਿੱਧ ਅੰਗਰੇਜ਼ੀ ਕਵੀ ਲਾਰਡ ਬਾਇਰਨ ਨੇ ਇਨਾ ਪਿਆਰ ਕਰਨ ਵਾਲਿਆਂ ਨੂੰ ਪੂਰਬ ਦੇ ਰੋਮਿਓ ਅਤੇ ਜੂਲੀਅਟ ਕਿਹਾ ਹੈ ਦਿੱਲੀ ਵਿੱਚ ਜਿਸ ਜਗ੍ਹਾ ਤੇ ਮਜਨੂ ਕਾ ਟਿੱਲਾ ਗੁਰਦੁਆਰਾ ਸੁਸ਼ੋਭਿਤ ਹੈ ਉਸ ਇਲਾਕੇ ਨੂੰ ਮਜਨੂ ਕਾ ਟਿੱਲਾ ਦਾ ਨਾਂ ਗੁਰੂ ਨਾਨਕ ਦੇਵ ਦੁਆਰਾ ਦਿੱਤਾ ਮੰਨਿਆ ਜਾਂਦਾ ਹੈ ਪੰਜਾਬੀ ਦੇ ਅਨੇਕਾਂ ਕਵੀਆਂ ਨੇ ਵੀ ਲੈਲਾ ਮਜਨੂ ਦੇ ਵੱਖ-ਵੱਖ પ્રસੰਗਾਂ ਵਿੱਚ ਹਵਾਲੇ ਦਿੱਤੇ ਹਨ ਇਥੋਂ ਤੱਕ ਕਿ ਭਾਈ ਗੁਰਦਾਸ ਲਿਖਦੇ ਹਨ ਲੈਲੇ ਮਜਨੂ ਆਸ ਕੀ ਚਾਹ ਚੱਕੀ ਜਾਂਦੀ ਭਾਵ ਇਹਨਾਂ ਦੇ ਪਿਆਰ ਦੀ ਗੱਲ ਦੁਨੀਆ ਦੇ ਚਾਰੇ ਪਾਸੇ ਜਾਣੀ ਜਾਂਦੀ ਹੈ ਲੈਲਾ ਅਤੇ ਮਜਨੂ ਦੇ ਪਿਆਰ ਦੀ ਸ਼ੁਰੂਆਤ ਉਹਨਾਂ ਦੇ ਬਚਪਨ ਵਿੱਚ ਹੀ ਹੋ ਗਈ ਸੀ ਇੱਕ ਮਨੋਤ ਅਨੁਸਾਰ ਮਕਤਬ ਜਾਂ ਸਕੂਲ ਵਿੱਚ ਲਿਖਦੇ ਆਂ ਪੜ੍ਹਦੇ ਆਂ ਉਹਨਾਂ ਦਾ ਇੱਕ ਦੂਜੇ ਵੱਲ ਝੁਕਾਅ ਹੋ ਗਿਆ ਸੀ ਮਜਨੂ ਦਾ ਲਿਖਣ ਪੜਨ ਵਿੱਚ ਧਿਆਨ ਨਹੀਂ ਸੀ ਲੱਗਦਾ ਉਹ ਕਲਾਸ ਵਿੱਚ ਬੈਠਾ ਜ਼ਰੂਰ ਹੁੰਦਾ ਸੀ ਪਰ ਉਸਦੇ ਦਿਲ ਦਿਮਾਗ ਵਿੱਚ ਲੈਲਾ ਹੁੰਦੀ ਸੀ ਮਜਨੂ ਦੇ ਹੱਥਾਂ ਵਿੱਚ ਲਿਖਣ ਵਾਲੀ ਤਖਤੀ ਹੁੰਦੀ ਪਰ ਅੱਖਾਂ ਵਿੱਚ ਲੈਲਾ ਲੈਲਾ ਨੇ ਜਿਵੇਂ ਉਸ ਉੱਤੇ ਜਾਦੂ ਕੀਤਾ ਹੋਇਆ ਸੀ ਮਜਨੂ ਸ਼ਬਦ ਦਾ ਅਰਥ ਵੀ ਪਿਆਰ ਵਿੱਚ ਪਾਗਲ ਹੁੰਦਾ ਹੈ ਉਹ ਸੱਚ ਮੁੱਚ ਲੈਲਾ ਦੇ ਪਿਆਰ ਵਿੱਚ ਪਾਗਲਾ ਵਾਂਗ ਭਿੱਜਿਆ ਹੋਇਆ ਸੀ। ਉਹਦਾ ਅਸਲੀ ਨਾਮ ਕੈਸ ਸੀ ਪਰ ਇਸ਼ਕ ਦੇ ਪਾਗਲਪਨ ਕਾਰਨ ਉਸ ਦਾ ਨਾਮ ਮਜਨੂ ਪੈ ਗਿਆ ਸੀ। ਪੜਾਉਣ ਵਾਲਾ ਟੀਚਰ ਉਸ ਨੂੰ ਟੋਕਦਾ ਸੀ। ਮਜਨੂ ਨੂੰ ਉਹਦੇ ਵਤੀਰੇ ਕਾਰਨ ਮਾਰਨਾ ਵੀ ਪੈਂਦੀ ਸੀ। ਪਰ ਕ੍ਰਿਸ਼ਮਾ ਇਹ ਵਾਪਰਨ ਲੱਗਾ ਕਿ ਕੁੱਟ ਮਜਨੂ ਨੂੰ ਪੈਣੀ ਤੇ ਖੂਨ ਲੈਲਾ ਦਾ ਨਿਕਲਣਾ ਇਹ ਵਿਗਿਆਨਕ ਤੌਰ ਤੇ ਸੱਚ ਨਹੀਂ ਹੋ ਸਕਦਾ। ਪਰ ਭਾਵਕ ਤੌਰ ਤੇ ਹੋ ਸਕਦਾ ਹੈ ਉਸ ਤੇ ਦਰਦ ਨੂੰ ਲੈਲਾ ਮਹਿਸੂਸ ਕਰਦੀ ਸੀ ਭਾਵ ਲੈਲਾ ਵੀ ਮਜਨੂ ਨੂੰ ਉਸੇ شدت ਨਾਲ ਚਾਹੁੰਦੀ ਸੀ ਜਿਸ ਤੀਬਰਤਾ ਨਾਲ ਮਜਨੂ ਉਸ ਨੂੰ ਲੋਚਦਾ ਸੀ ਹੌਲੀ ਹੌਲੀ ਇਹ ਗੱਲ ਪਰਿਵਾਰਾਂ ਤੱਕ ਪਹੁੰਚ ਗਈ ਦੋਹਾਂ ਦੇ ਮਾਪਿਆਂ ਨੇ ਉਹਨਾਂ ਨੂੰ ਵਰਜਿਆ ਅਤੇ ਅਜਿਹੇ ਕਦਮ ਚੁੱਕੇ ਕਿ ਉਹ ਆਪਸ ਵਿੱਚ ਨਾ ਮਿਲ ਸਕਣ ਉਹਨਾਂ ਨੂੰ ਸਕੂਲ ਵਿੱਚੋਂ ਉਠਾ ਲਿਆ ਗਿਆ ਉਹਨਾਂ ਦਿਨਾਂ ਵਿੱਚ ਮਸਜਿਦ ਦੇ ਅੰਦਰ ਸਕੂਲ ਲੱਗਦਾ ਹੁੰਦਾ ਸੀ ਤੇ ਮੌਲਵੀ ਪੜ੍ਹਾਉਂਦਾ ਹੁੰਦਾ ਸੀ। ਅੱਜਕੱਲ ਦੀ ਕਿਸਮ ਦੇ ਸਕੂਲ ਉਦੋਂ ਨਹੀਂ ਸੰਹੁੰਦੇ। ਉਂਝ ਵੀ ਲੋਕ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਮਜ਼ਹਬ ਦੇ ਨੇੜੇ-ਨੇੜੇ ਰਹਿਣ ਅਤੇ ਉਹਨਾਂ ਦਾ ਚਾਲ ਚੱਲਣ ਸੁਥਰਾ ਰਹੇ। ਪਰ ਲੈਲਾ ਤੇ ਮਜਨੂ ਇਸ ਦੁਨਿਆਵੀ ਮਜ਼ਹਬ ਤੋਂ ਉੱਤਾ ਉੱਠ ਚੁੱਕੇ ਸਨ। ਉਨ੍ਹਾਂ ਦਾ ਪਿਆਰ ਉਸ ਤਰ੍ਹਾਂ ਦਾ ਦੁਨਿਆਵੀ ਨਹੀਂ ਸੀ ਰਹਿ ਗਿਆ ਜਿਸ ਤਰ੍ਹਾਂ ਕਿ ਆਮ ਲੋਕਾਂ ਦੀ ਸਮਝ ਵਿੱਚ ਹੁੰਦਾ ਹੈ। ਉਨ੍ਹਾਂ ਦਾ ਪਿਆਰ ਜਸਮਾਨੀ ਨਹੀਂ ਸੀ, ਰੂਹਾਨੀ ਸੀ। ਉਹ ਸਰੀਰਕ ਨਹੀਂ ਸੀ, ਆਤਮਕ ਸੀ। ਉਹ ਜੀਵਨ ਦੇ ਝੂਠ ਉੱਤੇ ਨਹੀਂ ਸੀ ਟਿਕਿਆ ਹੋਇਆ, ਉਹ ਇਸ਼ਕੇ ਹਕੀਕੀ ਸੀ। ਕਹਿੰਦੇ ਹਨ ਕਿ ਇੱਕ ਵਾਰ ਮਜਨੂ ਦਾ ਬਾਪ ਉਸ ਨੂੰ ਮੱਕੇ ਦੀ ਜ਼ਿਆਰਤ ਤੇ ਲੈ ਗਿਆ ਸੀ ਤਾਂ ਕਿ ਮਜਨੂ ਲੈਲਾ ਦਾ ਖਿਹੜਾ ਛੱਡ ਕੇ ਦੀਨ ਦਾ ਪੱਲਾ ਫੜ ਲਵੇ ਪਰ ਮਜਨੂ ਨੇ ਰੱਬ ਦੇ ਘਰ ਜਾ ਕੇ ਵੀ ਲੈਲਾ ਵਾਸਤੇ ਆਪਣੇ ਪਿਆਰ ਦੀ ਹੀ ਮੰਗ ਕੀਤੀ ਇਦਾਂ ਲੱਗਦਾ ਹੈ ਕਿ ਅੱਲਾ ਨੇ ਉਸ ਦੀ ਅਰਦਾਸ ਕਬੂਲ ਕਰ ਲਈ ਸੀ ਜਵਾਨੀ ਵਿੱਚ ਲੈਲਾ ਅਤੇ ਮਜਨੂ ਦੁਬਾਰਾ ਮਿਲਣ ਲੱਗੇ ਗਾਇਸ ਲੈਲਾ ਵਾਸਤੇ ਗੀਤ ਵੀ ਲਿਖਣ ਲੱਗ ਪਿਆ ਸੀ ਉਸ ਦੇ ਗੀਤਾਂ ਵਿੱਚ ਲੈਲਾ ਦੇ ਨਾਂ ਦਾ ਸਿੱਧਾ ਜ਼ਿਕਰ ਆਉਣ ਲੱਗਾ ਇਹ ਗੱਲ ਲੇਲਾ ਦੇ ਬਾਪ ਨੂੰ ਚੰਗੀ ਨਹੀਂ ਸੀ ਲੱਗਦੀ ਉਂਝ ਵੀ ਲੋਕ ਉਸ ਨੂੰ ਹਿੱਲਿਆ ਹੋਇਆ ਬੰਦਾ ਸਮਝਦੇ ਸਨ ਪਰ ਹੁਣ ਉਹਨਾਂ ਦੀ ਉਮਰ ਸ਼ਾਦੀ ਕਰਵਾਉਣ ਦੇ ਯੋਗ ਸੀ ਅਤੇ ਉਹ ਇਕੱਠੇ ਰਹਿ ਕੇ ਜੀਵਨ ਬਸਰ ਕਰਨਾ ਚਾਹੁੰਦੇ ਸਨ ਲੈਲਾ ਦੇ ਭਰਾ ਦਾ ਨਾਮ ਤਬਰੇਜ਼ ਸੀ ਉਹ ਵੀ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਲੈਲਾ ਦਾ ਵਿਆਹ ਮਜਰੂ ਨਾਲ ਹੋਵੇ ਉਹ ਆਪਣੀ ਭੈਣ ਦਾ ਸਾਖ ਇੱਕ ਪਾਗਲ ਬੰਦੇ ਨਾਲ ਕਿਵੇਂ ਕਰ ਸਕਦਾ ਸੀ ਉਹਦੇ ਵਾਸਤੇ ਇਹ ਪਰਿਵਾਰ ਦੀ ਇੱਜ਼ਤ ਦਾ ਸਵਾਲ ਸੀ ਤਬਰੀਜ਼ ਇਸ ਸ਼ਰਮਿੰਦਗੀ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ ਦੂਜੇ ਪਾਸੇ ਲੈਲਾ ਅਤੇ ਮਜਨੂ ਦਾ ਇਸ਼ਕ ਅਟਲ ਸੀ ਉਹ ਵੀ ਇੱਕ ਦੂਜੇ ਤੋਂ ਮੂੰਹ ਮੋੜਨ ਲਈ ਤਿਆਰ ਨਹੀਂ ਸਨ ਫਿਰ ਉਹੀ ਹੋਇਆ ਜੋ ਆਮ ਕਰਕੇ ਵਾਪਰਦਾ ਹੈ ਤਬਰੀਜ਼ ਅਤੇ ਮਜਨੂ ਵਿਚਕਾਰ ਲੜਾਈ ਹੋ ਗਈ ਇੱਕ ਪਾਸੇ ਲੈਲਾ ਦਾ ਪਿਓ ਜਾਇਆ ਭਰਾ ਤੇ ਦੂਜੇ ਪਾਸੇ ਲੈਲਾ ਦੀ ਚੋਣ ਦੋਨੋਂ ਮਰਨ ਮਾਰਨ ਉੱਤੇ ਉੱਤਰ ਆਏ ਕਿਉਂਕਿ ਇੱਕ ਆਪਣੇ ਪਿਆਰ ਵਿੱਚ ਪਾਗਲ ਸੀ ਦੂਜਾ ਆਪਣੀ ਇੱਜ਼ਤ ਵਾਸਤੇ ਲੜ ਰਿਹਾ ਸੀ ਨਤੀਜੇ ਵਜੋਂ ਲੈਲਾ ਦਾ ਭਰਾ ਤਬਰੀਜ਼ ਮਾਰਿਆ ਗਿਆ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਮਜਨੂ ਨੂੰ ਫੜ ਲਿਆ ਪੰਚਾਇਤ ਦੀਆਂ ਨਜ਼ਰਾਂ ਵਿੱਚ ਸੁਭਾਵਕ ਤੌਰ ਤੇ ਮਜਨੂ ਕਸੂਰਵਾਰ ਸੀ ਕਿਉਂਕਿ ਉਸਨੇ ਕਤਲ ਕੀਤਾ ਸੀ ਪੰਚਾਇਤ ਨੇ ਫੈਸਲਾ ਕੀਤਾ ਕਿ ਪਿੰਡ ਵਾਸੀ ਮਜਨੂ ਨੂੰ ਪੱਥਰ ਮਾਰ ਮਾਰ ਕੇ ਖਤਮ ਕਰ ਦੇਣ ਇਸ ਗੱਲ ਨੂੰ ਲੈਲਾ ਨਹੀਂ ਸੀ ਮੰਨ ਸਕਦੀ ਉਸਨੇ ਮਜਨੂ ਦੀ ਜਾਨ ਬਚਾਉਣ ਲਈ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾਉਣਾ ਮੰਨ ਲਿਆ ਉਸਦਾ ਪਤੀ ਬੇहद ਖੂਬਸੂਰਤ ਸੀ ਉਸਦਾ ਨਾਂ ਵੀ ਅਲਤ ਕਾਫੀ ਸੀ ਜਿਸ ਦਾ ਅਰਥ ਹੁੰਦਾ ਹੈ ਖਿੜਿਆ ਹੋਇਆ ਗੁਲਾਬ ਇਸ ਤੋਂ ਅਗੋ ਲੈਲਾ ਮਜਨੂ ਦੀਆਂ ਵੱਖ-ਵੱਖ ਕਹਾਣੀਆਂ ਬਣ ਜਾਂਦੀਆਂ ਹਨ ਇਕ ਕਥਾ ਅਨੁਸਾਰ ਜਦੋਂ ਮਜਨੂ ਨੂੰ ਲੈਲਾ ਦੀ ਸ਼ਾਦੀ ਦਾ ਪਤਾ ਲੱਗਾ ਤਾਂ ਉਹ ਆਪਣੇ ਕਬੀਲੇ ਨੂੰ ਛੱਡ ਕੇ ਰੇਗਿਸਤਾਨ ਵਿੱਚ ਇੱਕ ਫਕੀਰ ਬਣ ਕੇ ਘੁੰਮਣ ਲੱਗਾ ਉਸਦੇ ਪਰਿਵਾਰ ਨੇ ਹੌਲੀ-ਹੌਲੀ ਉਹਦੀ ਵਾਪਸੀ ਦੀ ਉਮੀਦ ਲਾ ਦਿੱਤੀ ਉਸ ਬਾਰੇ ਇਹੀ ਸੁਣਿਆ ਜਾਂਦਾ ਸੀ ਕਿ ਉਹ ਰੇਗਿਸਤਾਨ ਵਿੱਚ ਘੁੰਮਦਾ ਰਹਿੰਦਾ ਹੈ ਕੁਝ ਸਮੇਂ ਤੱਕ ਉਸਦੇ ਘਰ ਦੇ ਰੋਟੀ ਪਾ ਕੇ ਮਾਰੂਥਲ ਵਿੱਚ ਰੱਖ ਕੇ ਆਉਂਦੇ ਰਹੇ ਅਤੇ ਸਮਝਦੇ ਰਹੇ ਕਿ ਕੈਸ ਨੇ ਉਖਾ ਲਈ ਹੋਵੇਗੀ ਕੁਝ ਲੋਕਾਂ ਨੇ ਉਸ ਨੂੰ ਇੱਕ ਸੋਟੀ ਨਾਲ ਰੇਤ ਉੱਤੇ ਆਪਣੀਆਂ ਕਵਿਤਾਵਾਂ ਲਿਖਦਿਆਂ ਵੀ ਦੇਖਿਆ ਸੀ ਉਹ ਗੀਤ ਲਿਖਦਾ ਪਰ ਰੇਗਿਸਤਾਨ ਦੀ ਹਨੇਰੀ ਉਸ ਨੂੰ ਮਿਟਾ ਦਿੰਦੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਲੈਲਾ ਨੂੰ ਵਕਤ ਦੀ ਹਨੇਰੀ ਨੇ ਉਡਾ ਲਿਆ ਸੀ ਅਤੇ ਉਸ ਤੋਂ ਖੋ ਲਿਆ ਸੀ ਕਈ ਵਾਰ ਉਹ ਖੁਦ ਵੀ ਗੀਤ ਗੁੰਗੁਣਾਉਂਦਾ ਸੀ ਉਸਤੇ ਇਸ ਆਖਰੀ ਪਾਗਲਪਨ ਤੋਂ ਪਹਿਲਾਂ ਲਿਖੇ ਗੀਤ ਜ਼ਰੂਰ ਮਿਲਦੇ ਹਨ ਜਿਨ੍ਹਾਂ ਵਿੱਚੋਂ ਇੱਕ ਇਸ ਪ੍ਰਕਾਰ ਹੈ ਮੈਂ ਤੇਰੇ ਸ਼ਹਿਰ ਚੋਂ ਗੁਜ਼ਰਦਾ ਹਾਂ ਆਪਣੀ ਲੈਲਾ ਦੇ ਸ਼ਹਿਰ ਵਿੱਚੋਂ ਮੈਂ ਕਦੇ ਇੱਕ ਦੀਵਾਰ ਚੁੰਮਦਾ ਹਾਂ ਤੇ ਕਦੇ ਦੂਸਰੀ ਦੀਵਾਰ ਮੈਂ ਸ਼ਹਿਰ ਉੱਤੇ ਫਿਦਾ ਨਹੀਂ ਹਾਂ ਫਿਦਾ ਹਾਂ ਉਸ ਤੋਂ ਜੋ ਇੱਥੇ ਵੱਸਦੀ ਹੈ ਲੈਲਾ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਆਪਣੇ ਖਾਵੰਦ ਨਾਲ ਉੱਤਰੀ ਅਰੇਬੀਆ ਵਿੱਚ ਚਲੀ ਗਈ ਜਿੱਥੇ ਉਹ ਬਿਮਾਰ ਹੋ ਕੇ ਫੌਤ ਹੋ ਗਈ ਇੱਕ ਹੋਰ ਮਨੋਤ ਹੈ ਕਿ ਆਪਣੇ ਪ੍ਰੇਮੀ ਦੇ ਵਿਛੋੜੇ ਵਿੱਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਮਜਨੂ ਨੂੰ ਵੀ ਲੈਲਾ ਦੀ ਕਬਰ ਦੇ ਕੋਲ ਮਰਿਆ ਪਿਆ ਦੱਸਿਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਮੌਤ ਤੋਂ ਪਹਿਲਾਂ ਉਹਨੇ ਕਬਰ ਦੇ ਨੇੜਲੀ ਇੱਕ ਚਟਾਨ ਤੇ ਕੁਝ ਕਵਿਤਾਵਾਂ ਲਿਖੀਆਂ ਸਨ ਇੱਕ ਹੋਰ ਕਥਾਨਕ ਅਨੁਸਾਰ ਜਦੋਂ ਲੈਲਾ ਦਾ ਵਿਆਹ ਹੋਇਆ ਤਾਂ ਉਸ ਦੇ ਖਾਵੰਤ ਨੂੰ ਪਤਾ ਲੱਗਾ ਕਿ ਲੈਲਾ ਤਾਂ ਅਜੇ ਵੀ ਮਜਨੂ ਨੂੰ ਚਾਹੁੰਦੀ ਹੈ ਉਸ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਮਜਨੂ ਨੂੰ ਲੱਭ ਕੇ ਮਾਰ ਦਿੱਤਾ ਲੈਲਾ ਇਸੇ ਸਦਮੇ ਵਿੱਚ ਪ੍ਰਾਣ ਤਿਆਗ ਗਈ ਦੋਹਾਂ ਦੀਆਂ ਇਕੱਠੀਆਂ ਕਬਰਾਂ ਬਣਾਈਆਂ ਗਈਆਂ ਹਿੰਦੁਸਤਾਨੀ ਕਥਾ ਮੁਤਾਬਿਕ ਲੈਲਾ ਤੇ ਮਜਨੂ ਮਰਨ ਤੋਂ ਪਹਿਲਾਂ ਇਕੱਠੇ ਹੋ ਗਏ ਸਨ ਅਤੇ ਉਹ ਰਾਜਸਥਾਨ ਦੇ ਇੱਕ ਪਿੰਡ ਵਿੱਚ ਰਹਿਣ ਲੱਗ ਪਏ ਸਨ ਪਾਰਤੀ ਕਹਾਣੀਆਂ ਦਾ ਅੰਤ ਆਮ ਤੌਰ ਤੇ ਸੁਖਮਈ ਹੁੰਦਾ ਹੈ ਇਸੇ ਲਈ ਸਾਡੀਆਂ ਬਹੁਤੀਆਂ ਫਿਲਮਾਂ ਦੇ ਅੰਤ ਤੇ ਸਾਰੀਆਂ ਗੁੰਜਲਾਂ ਨਿਕਲ ਜਾਂਦੀਆਂ ਹਨ ਅਤੇ ਚਾਰੇ ਪਾਸੇ ਖੁਸ਼ੀ ਦਾ ਆਲਮ ਛਾ ਜਾਂਦਾ ਹੈ ਹੋਰ ਤਾਂ ਹੋਰ ਸ਼੍ਰੀ ਗੰਗਾ ਨਗਰ ਜ਼ਿਲ੍ਹੇ ਦੇ ਸ਼ਹਿਰ ਅਨੂਪਗੜ ਦੇ ਨੇੜੇ ਬਜਨੌਰ ਪਿੰਡ ਵਿੱਚ ਉਹਨਾਂ ਦੀਆਂ ਕਬਰਾਂ ਦੀ ਹੋਂਦ ਮੰਨੀ ਜਾਂਦੀ ਹੈ ਉਹਨਾਂ ਦੀ ਯਾਦ ਵਿੱਚ ਅੱਜ ਵੀ ਹਰ ਸਾਲ ਦੋ ਦਿਨ ਦਾ ਮੇਲਾ ਭਰਦਾ ਹੈ ਰਹਿਣ ਦਾ ਇੰਤਜ਼ਾਮ ਨਾ ਹੋਣ ਦੇ ਬਾਵਜੂਦ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਹਜ਼ਾਰਾਂ ਪ੍ਰੇਮੀ ਅਤੇ ਨਵੇਂ ਵਿਆਹੇ ਜੋੜੇ ਉਥੇ ਇਹਨਾਂ ਰੂਹਾਂ ਦੀ ਰਹਿਮਤਾਂ ਲੈਣ ਜਾਂਦੇ ਹਨ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਕਿ ਦੁਨੀਆ ਦੇ ਬਹੁਤ ਸਾਰੇ ਸੂਫੀਆਂ ਨੇ ਵੀ ਲੈਲਾ ਅਤੇ ਮਜਨੂ ਦੇ ਪਿਆਰ ਦੀ ਤੁਲਨਾ ਇਨਸਾਨ ਅਤੇ ਅੱਲਾ ਦੇ ਪਿਆਰ ਦੇ ਨਾਲ ਕੀਤੀ ਹੈ ਉਨਾ ਅਨੁਸਾਰ ਮਜਨੂ ਦੀ ਖੋਜ ਦਰ ਅਸਲ ਰੱਬ ਦੀ ਖੋਜ ਹੈ ਕਿਉਂਕਿ ਉਹ ਹੀ ਸਭ ਤੋਂ ਵੱਡਾ ਪ੍ਰੇਮੀ ਅਤੇ ਪ੍ਰੇਮਿਕਾ ਹੈ ਲੈਲਾ ਨੂੰ ਖੁਦਾ ਦੀ ਖੂਬਸੂਰਤੀ ਨਾਲ ਮੇਲਿਆ ਗਿਆ ਹੈ ਅਤੇ ਮਜਨੂ ਦੀ ਪਟਕਣਾ ਨੂੰ ਉਸ ਰੋਹਾਨੀ ਦਰ ਦੀ ਤਲਾਸ਼ ਕਿਹਾ ਗਿਆ ਹੈ ਮਜਨੂ ਦਾ ਦੁਨੀਆ ਨੂੰ ਛੱਡ ਕੇ ਫਕਰਾ ਵਾਂਗ ਘੁੰਮਣਾ ਗੁਫਾਵਾਂ ਵਿੱਚ ਰਹਿਣਾ ਪੱਥਰਾਂ ਨੂੰ ਸਿਰਹਾਣਾ ਬਣਾ ਕੇ ਸੌਣਾ ਅਤੇ ਕਿਸੇ ਦੇ ਵਿੱਚ ਛੋੜੇ ਅਤੇ ਯਾਦ ਵਿੱਚ پاگل ਹੋ ਜਾਣਾ ਹੀ ਸੂਫੀਆਨਾ అనుభవ ਹੈ ਉਹ ਸੂਫੀਆਂ ਦੀ ਤਰ੍ਹਾਂ ਜਿਹੜ੍ਹ ਪਾਉ ਤਿਆਗ ਦੇ ਜੀਵਨ ਨੂੰ ਜਿਉਂਦਾ ਹੈ ਜਿਸ ਵਿੱਚ ਥੋੜਾ ਸੋਣਾ ਘਟ ਖਾਣਾ ਅਤੇ ਕਿਸੇ ਹੱਦ ਵਿੱਚ ਰਹਿ ਕੇ ਬੋਲਣਾ ਹੀ ਸਹੀ ਹੁੰਦਾ ਹੈ دیਵਾਨਗੀ ਫਨਾ ਹੋਣਾ ਅਤੇ ਆਪਾਵਾਰ ਦੇਣ ਵਰਗੀਆਂ ਗੱਲਾਂ ਇਸੇ ਪਿਆਰ ਗਾਥਾ ਦੀ ਦੇਣ ਹਨ ਲੈਲਾ ਦਾ ਪਿਆਰ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਇਸ਼ਕ ਵਿੱਚ ਗਰੀਬੀ ਜਾਂ ਅਮੀਰੀ ਦਾ ਰੰਗ ਰੂਪ ਨਹੀਂ ਦੇਖਿਆ ਜਾਂਦਾ ਲੈਲਾ ਬੜੀ ਅਮੀਰ ਸੀ ਜਦੋਂ ਕਿ ਮਜਨੂ ਗਰੀਬ ਸੀ ਦੂਜੇ ਪਾਸੇ ਲੈਲਾ ਨੂੰ ਕਾਲੇ ਰੰਗ ਦੀ ਮੰਨਿਆ ਜਾਂਦਾ ਹੈ ਹਾਲਾਂਕਿ ਉਸ ਦੇ ਸਿਰਫ ਕਾਲੇ ਵਾਲਾਂ ਦਾ ਹੀ ਜ਼ਿਕਰ ਹੈ ਜਦੋਂ ਕਿ ਮਜਨੂ ਸੋਹਣਾ ਸੀ ਪਰ ਉਹ ਹਕੀਕਤ ਵਿੱਚ ਕਾਲੀ ਸੀ ਜਾਂ ਗੋਰੀ ਇਹਨਾਂ ਗੱਲਾਂ ਦਾ ਉਨ੍ਹਾਂ ਦੇ ਇਸ਼ਕ ਉੱਤੇ ਕੋਈ ਅਸਰ ਨਹੀਂ ਸੀ ਇਸੇ ਲਈ ਇਸ ਸਾਰੇ ਅਨੁਭਵ ਵਿੱਚੋਂ ਲੰਘ ਜਾਣ ਬਾਅਦ ਮਜਨੂ ਕਹਿੰਦਾ ਹੈ ਮੇਰੀ ਰੂਹ ਇੱਛਾਵਾਂ ਦੇ ਹਨੇਰੇ ਵਿੱਚੋਂ ਸਵੱਛ ਹੋ ਕੇ ਨਿਕਲ ਆਈ ਹੈ ਮੇਰੀਆਂ ਤੁਛ ਖਾਸ਼ਾਂ ਖਤਮ ਹੋ ਗਈਆਂ ਹਨ ਮੇਰਾ ਮਨ ਸ਼ਰਮਿੰਦਗੀ ਤੋਂ ਮੁਕਤ ਹੈ ਮੇਰੇ ਸਰੀਰ ਦੀਆਂ ਚਾਹਤਾਂ ਦੀ ਮੰਡੀ ਸਮੇਟੀ ਗਈ ਹੈ ਹੁਣ ਪਿਆਰ ਹੀ ਮੇਰੀ ਹੋਂਦ ਹੈ ਪਿਆਰ ਇੱਕ ਅਗ ਹੈ ਜਿਸ ਵਿੱਚ ਮੇਰੀ ਸਾਰੀ ਲੱਕੜ ਸੜ ਚੁੱਕੀ ਹੈ ਹੁਣ ਮੇਰੇ ਅੰਦਰ ਸਿਰਫ ਪਿਆਰ ਦਾ ਸ਼ਿੰਗਾਰ ਹੈ ਮੇਰੀ ਹੋਂਦ ਦੀ ਲੱਕੜੀ ਆਪਣੇ ਆਪ ਨੂੰ ਬਨ ਕੇ ਜਾ ਚੁੱਕੀ ਹੈ ਮੇਰੀ ਹੋਂਦ ਖਤਮ ਹੋ ਚੁੱਕੀ ਹੈ ਅਤੇ ਸਿਰਫ ਮੇਰੀ ਮਾਸ਼ੂਕ ਬਚੀ ਹੈ ਹੁਣ ਮੈਨੂੰ ਕੋਈ ਦੇਖ ਨਹੀਂ ਸਕਦਾ ਕਿਉਂਕਿ ਹੁਣ ਮੈਂ ਹਾਂ ਹੀ ਨਹੀਂ ਐਸੇ ਲਈ ਕਿਆ ਜਾਂਦਾ ਹੈ ਕਿ ਲੈਲਾ ਲੈਲਾ ਕਰਦਿਆਂ ਮਜਨੂ ਆਪ ਲੈਲਾ ਹੋ ਗਿਆ ਸੀ ਐਵੇਂ ਲੈਲਾ ਮਜਨੂ ਸਿਰਫ ਬਾਹਰਲੇ ਪਿਆਰ ਦੀ ਕਹਾਣੀ ਨਹੀਂ ਹੈ ਇਹ ਸਾਡੇ ਮਨ ਦੇ ਅੰਦਰਲੇ ਸੰਸਾਰ ਦੀ ਵੀ ਕਹਾਣੀ ਹੈ ਇਸੇ ਲਈ ਲੈਲਾ ਤੇ ਮਜਨੂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ